ਸਤਿ ਸ਼੍ਰੀ ਅਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਸੁਮਨ ਜੇਟਲੀ ਤੇ ਇਸ ਵੇਲੇ ਦਾ ਵੱਡਾ ਅਪਡੇਟ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੱਕ ਐਲਾਨ ਦਿੱਤਾ ਗਿਆ ਜਿਹੜਾ ਐਲਾਨ ਸਾਨੂੰ ਇੱਕ ਸੰਕੇਤ ਦੇ ਰਾਹੀਂ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਹਾਲਾਤ ਇਸ ਮਹਾਂਮਾਰੀ ਜਾਂ ਕਰੋਨਾ ਵਾਇਰਸ ਕੋਵਿਡ-19 ਕਰਕੇ ਬਣੇ ਹੋਏ ਨੇ ਅਕਤੂਬਰ ਮਹੀਨੇ ਤੱਕ ਯਾਨੀ ਕਿ ਕਹਿ ਸਕਦੇ ਹਾਂ ਕਿ ਸਾਲ ਦੇ ਅੰਤ ਤੱਕ ਹਾਲਾਤ ਕੁਝ ਅਜਿਹੇ ਹੀ ਬਣੇ ਰਹਿਣਗੇ ਇਸ ਮਹਾਂਮਾਰੀ ਨੂੰ ਲੈ ਕੇ ਜਿਹੜਾ ਖਤਰਾ ਹੈ ਉਹ ਦੇਖਣ ਨੂੰ ਮਿਲ ਰਿਹਾ ਕਿਉਂਕਿ ਇਸ ਵੇਲੇ ਪੋਜ਼ਿਟਿਵ ਮਰੀਜ਼ਾਂ ਦੀ ਗਿਣਤੀ ਜਾਂ ਮੌਤਾਂ ਦਾ ਅੰਕੜਾ ਜਿਹੜਾ ਵੱਧ ਰਿਹਾ ਉਹ ਇੱਕ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਇਸ ਨੂੰ ਲੈ ਕੇ ਅੱਜ ਜਿਹੜੀ ਹੈ ਬਾਅਦ ਦੁਪਹਿਰ ਸੀਐਮ ਵੱਲੋਂ ਯਾਨੀ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੰਤਰੀਆਂ ਦੇ ਨਾਲ ਇੱਕ ਮੀਟਿੰਗ ਰੱਖੀ ਜਾਏਗੀ ਵੀਡੀਓ ਕਾਨਫਰੰਸਿੰਗ ਰਾਹੀਂ ਜਿਸ ਵਿੱਚ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਕਿ ਇਹ ਲੋਕਡਾਊਨ ਜਿਹੜੀ ਹੈ ਕੀ ਇਹ ਤਰੀਕ ਜਿਹੜੀ ਹੈ ਐਕਸਟੈਂਡ ਹੋਣੀ ਚਾਹੀਦੀ ਹੈ ਲੋਕਡਾਊਨ ਵਧਣਾ ਚਾਹੀਦਾ ਹੈ ਕਿਉਂਕਿ ਇਸ ਮਹਾਂਮਾਰੀ ਨੂੰ ਲੈ ਕੇ ਕਿਉਂਕਿ ਹਾਲੇ ਤੱਕ ਦਵਾਈ ਤਿਆਰ ਨਹੀਂ ਕੀਤੀ ਗਈ ਇਸੇ ਕਰਕੇ ਅਹਤਿਆਤ ਵਰਤਿਆ ਜਾ ਰਿਹਾ ਸਾਵਧਾਨੀ ਵਰਤਣ ਦੇ ਲਈ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੇ ਲਈ ਕਿਹਾ ਜਾ ਰਿਹਾ ਅਤੇ ਲੋਕਡਾਊਨ ਜਿਹੜਾ ਹੁਣ ਸਿਰਫ 3 ਦਿਨਾਂ ਦਾ ਰਹਿ ਗਿਆ ਕਿਉਂਕਿ ਪੰਜਾਬ ਦੇ ਵਿੱਚ ਇਸ ਵੇਲੇ ਹੁਣ ਤੱਕ ਦਾ ਜੋ ਫੈਸਲਾ ਉਹ 14 ਅਪ੍ਰੈਲ ਤੱਕ ਲੋਕਡਾਊਨ ਰਹਿਣ ਦਾ ਫੈਸਲਾ ਸੀ ਜਿਸ ਨੂੰ ਵਧਾਇਆ ਜਾ ਸਕਦਾ ਅੱਜ ਬਾਅਦ ਦੁਪਹਿਰ ਜਿਹੜੀ ਮੀਟਿੰਗ ਹੋਏਗੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੰਤਰੀਆਂ ਦੇ ਨਾਲ ਜਿਹੜੀ ਵੀਡੀਓ ਕਾਨਫਰੰਸਿੰਗ ਰਾਹੀਂ ਇੱਕ ਮੀਟਿੰਗ ਹੋਏਗੀ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਜਾਵੇਗਾ ਕਿ ਲੋਕਡਾਊਨ ਵੱਧ ਸਕਦਾ ਅਤੇ ਕਿੰਨੀ ਦੇਰ ਤੱਕ ਵੱਧ ਸਕਦਾ ਪਰ ਵੱਡਾ ਫੈਸਲਾ ਜਿਹੜਾ ਉਦੋਂ ਲਿਆ ਜਾਏਗਾ ਜਦੋਂ ਕੇਂਦਰ ਦੀ ਮੀਟਿੰਗ ਕੱਲ੍ਹ ਜਿਹੜੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਮਾਮ ਸੀਐਮ ਜਿਹੜੇ ਨੇ ਉਹਨਾਂ ਨਾਲ ਇੱਕ ਮੀਟਿੰਗ ਰਾਹੀਂ ਇਸ ਵਿਚਾਰ ਬਾਰੇ ਇਹ ਵਿਚਾਰ ਵਟਾਂਦਰਾ ਕਰਨਗੇ ਕਿ ਇਹ ਹਾਲਾਤ ਕਿਸ ਤਰ੍ਹਾਂ ਕਾਬੂ ਕੀਤੇ ਜਾਣ ਕਿਸ ਤਰ੍ਹਾਂ ਇਸ ਲੋਕਡਾਊਨ ਨੂੰ ਵਧਾਇਆ ਜਾਏ ਜਾਂ ਨਾ ਵਧਾਇਆ ਜਾਏ ਜਿਸ ਤੋਂ ਬਾਅਦ ਹੀ ਲੋਕਾਂ ਤੱਕ ਇਹ ਸੁਨੇਹਾ ਪਹੁੰਚਾਇਆ ਜਾਏਗਾ ਕਿ 14 ਅਪ੍ਰੈਲ ਆਖਰੀ ਤਰੀਕ ਹੈ ਲੋਕਡਾਊਨ ਦੀ ਜਾਂ ਇਹ ਤਰੀਕ ਜਿਹੜੀ ਆ ਅੱਗੇ ਵੱਧ ਸਕਦੀ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਹਾਲਾਤ ਉਹਨਾਂ ਵੱਲੋਂ ਸਾਫ਼ ਤੌਰ 'ਤੇ ਸੰਕੇਤ ਦੇ ਦਿੱਤਾ ਗਿਆ ਕਿ ਹਾਲਾਤ ਅਕਤੂਬਰ ਮਹੀਨੇ ਤੱਕ ਜਿਹੜੇ ਕੋਰੋਨਾ ਵਾਇਰਸ ਜਾਂ ਇਸ ਮਹਾਂਮਾਰੀ ਕਰਕੇ ਜਿਹੜੇ ਹਾਲਾਤ ਬਣੇ ਹੋਏ ਨੇ ਉਹ ਅੱਜ ਇਸੇ ਤਰ੍ਹਾਂ ਦੇ ਨਾਲ ਰਹਿਣਗੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਉਹਨਾਂ ਦਾ ਕਹਿਣਾ ਹੈ ਕਿ ਇੱਕ ਵੱਡੀ ਗਿਣਤੀ ਜੇਕਰ ਅਹਿਤਿਆਤ ਨਾ ਵਰਤਿਆ ਗਿਆ ਤਾਂ ਇੱਕ ਵੱਡੀ ਗਿਣਤੀ ਜਿਹੜੀ ਹੈ ਪੰਜਾਬ ਦੀ ਪ੍ਰਭਾਵਿਤ ਹੋ ਸਕਦੀ ਹੈ ਇਸ ਮਹਾਂਮਾਰੀ ਦੇ ਕਾਰਨ ਹਾਲਾਂਕਿ ਸਾਫ਼ ਤੌਰ 'ਤੇ ਸਪਸ਼ਟ ਤੌਰ 'ਤੇ ਕੁਝ ਵੀ ਨਹੀਂ ਕਿਹਾ ਗਿਆ ਇੱਕ ਸੰਕੇਤ ਹੀ ਦਿੱਤਾ ਗਿਆ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਜਿਹੜਾ ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕਿ ਜਿਹੜੀ ਇਸ ਮਹਾਂਮਾਰੀ ਦੇ ਕਾਰਨ ਸਥਿਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਵਿਗੜ ਸਕਦੀ ਹੈ ਪਰ ਹਾਲਾਤਾਂ 'ਤੇ ਕਾਬੂ ਪਾਉਣ ਦੇ ਲਈ ਵੱਖੋ ਵੱਖ ਤਰੀਕੇ ਦੇ ਨਾਲ ਜਿਹੜਾ ਵਿਚਾਰ ਵਟਾਂਦਰਾ ਵੀ ਕੀਤਾ ਜਾ ਰਿਹਾ ਵੱਖੋ ਵੱਖ ਤਰੀਕੇ ਦੇ ਨਾਲ ਮੀਟਿੰਗਸ ਬੁਲਾ ਕੇ ਕੁਝ ਅਹਿਮ ਫੈਸਲੇ ਵੀ ਲਏ ਜਾ ਰਹੇ ਨੇ ਉੱਥੇ ਹੀ ਇੱਕ ਵੱਡਾ ਅਹਿਮ ਫੈਸਲਾ ਕਿਸਾਨਾਂ ਦੇ ਲਈ ਵੀ ਲਿਆ ਗਿਆ ਕਿ ਕਿਸਾਨਾਂ ਨੂੰ ਜਿਹੜੀ ਹੈ ਰਾਹਤ ਮਿਲ ਸਕਦੀ ਹੈ ਇਸ ਲੋਕਡਾਊਨ ਦੇ ਦੌਰਾਨ ਕਿਸਾਨ ਜਿਹੜੇ ਨੇ ਫਸਲ ਮੰਡੀ ਤੱਕ ਲਿਆਉਣ ਦੇ ਲਈ ਉਹਨਾਂ ਨੂੰ ਰਾਹਤ ਮਿਲ ਸਕਦੀ ਹੈ ਕੂਪਨ ਜਿਹੜੇ ਨੇ ਉਹਨਾਂ ਲਈ ਜਾਰੀ ਕੀਤੇ ਜਾਣਗੇ ਕਿਉਂਕਿ ਇੱਕ ਹੋਰ ਜਿਹੜਾ ਵੱਡਾ ਮੁੱਦਾ ਬਣਿਆ ਹੋਇਆ ਸੀ ਕਿ ਲੋਕਾਂ ਤੱਕ ਰਾਸ਼ਨ ਦਾ ਵੱਡਾ ਜਿਹੜਾ ਮੁੱਦਾ ਬਣਿਆ ਹੋਇਆ ਸੀ ਤਾਂ ਅੱਜ ਜਿਹੜੀ ਬਾਅਦ ਦੁਪਹਿਰ ਮੀਟਿੰਗ ਚੀਫ਼ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿਹੜੀ ਮੀਟਿੰਗ ਬੁਲਾਈ ਗਈ ਉਸ ਵਿੱਚ ਇੱਕ ਵੱਡਾ ਫੈਸਲਾ ਇਹ ਵੀ ਲਿਆ ਜਾ ਸਕਦਾ ਕਿ ਆਉਣ ਵਾਲੇ 3 ਮਹੀਨੇ ਜਿਹੜੇ ਨੇ ਜਿਹੜੇ ਗਰੀਬ ਤਬਕੇ ਦੇ ਲੋਕ ਨੇ ਉਹਨਾਂ ਲਈ ਔਖੇ ਹੋਣ ਵਾਲੇ ਨੇ ਉਹਨਾਂ ਘਰ ਅੰਨ ਕਿਸ ਤਰ੍ਹਾਂ ਪਹੁੰਚੇਗਾ ਤਾਂ ਇੱਕ ਜਿਹੜਾ ਵੱਡਾ ਚਿੰਤਾ ਦਾ ਵਿਸ਼ਾ ਇਸ 'ਤੇ ਵਿਚਾਰ ਵਟਾਂਦਰਾ ਹੋ ਸਕਦਾ ਹੈ ਤਾਂ ਹੋ ਸਕਦਾ ਕਿ ਇਹ ਫੈਸਲਾ ਹੈ ਕਿ ਲੋੜਵੰਦ ਜਿਹੜੇ ਲੋਕ ਨੇ ਉਹਨਾਂ ਦੇ ਘਰ 3 ਮਹੀਨੇ ਦਾ ਜਿਹੜਾ ਰਾਸ਼ਨ ਹੈ ਉਹ ਪਹੁੰਚਾਇਆ ਜਾਏ ਪਰ ਇਸ 'ਤੇ ਹਾਲੇ ਕੋਈ ਫੈਸਲਾ ਨਹੀਂ ਲਿਆ ਗਿਆ ਇਸ 'ਤੇ ਫੈਸਲਾ ਜਿਹੜਾ ਇਸ ਮੀਟਿੰਗ ਤੋਂ ਬਾਅਦ ਹੀ ਲਿਆ ਜਾਵੇਗਾ ਕਿ ਜੋ ਲੋੜਵੰਦ ਲੋਕ ਨੇ ਉਹਨਾਂ ਘਰ 3 ਮਹੀਨੇ ਦਾ ਰਾਸ਼ਨ ਕਦੋਂ ਅਤੇ ਕਿਸ ਤਰ੍ਹਾਂ ਪਹੁੰਚਾਇਆ ਜਾਏਗਾ ਇਸ ਤੋਂ ਬਾਅਦ ਤੁਹਾਡੇ ਨਾਲ ਇੱਕ ਵਾਰ ਫਿਰ ਤੋਂ ਵੱਡਾ ਅਪਡੇਟ ਸਾਂਝਾ ਕਰ ਲੈਂਦੇ ਹਾਂ ਕਿ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਕੋਰੋਨਾ ਵਾਇਰਸ ਕਾਰਨ ਬਣੇ ਹੋਏ ਨੇ ਸੀਐਮ ਸਾਹਿਬ ਵੱਲੋਂ ਜਿਹੜੀ ਇੱਕ ਸੰਕੇਤ ਰਾਹੀਂ ਸਾਡੇ ਤੱਕ ਗੱਲ ਪਹੁੰਚਾਈ ਗਈ ਹੈ ਲੋਕਾਂ ਤੱਕ ਗੱਲ ਪਹੁੰਚਾਈ ਗਈ ਹੈ ਕਿ ਹਾਲਾਤ ਅਕਤੂਬਰ ਮਹੀਨੇ ਤੱਕ ਇਸੇ ਤਰ੍ਹਾਂ ਰਹਿਣਗੇ ਇਸ ਮਹਾਂਮਾਰੀ ਨੂੰ ਲੈ ਕੇ ਹਾਲਾਂਕਿ WHO ਪੂਰੇ ਪੱਬਾਂ ਪਾ ਰਹੇ WHO ਵੱਲੋਂ ਵੈਕਸੀਨ ਤਿਆਰ ਕਰਨ ਦੇ ਲਈ ਵੱਖੋ ਵੱਖ ਤਰ੍ਹਾਂ ਦੇ ਨਾਲ ਐਕਸਪੈਰੀਮੈਂਟਸ ਕੀਤੇ ਜਾ ਰਹੇ ਨੇ ਹਾਲੇ ਕੋਈ ਰਾਹਤ ਦੀ ਖਬਰ ਜਿਹੜੀ ਅਜੇ ਤੱਕ ਸਾਹਮਣੇ ਨਹੀਂ ਆਈ ਇਸ ਮਹਾਂਮਾਰੀ ਨੂੰ ਲੈ ਕੇ ਪਰ ਅਹਿਤਿਆਤ ਦੇ ਤੌਰ 'ਤੇ ਇਹ ਕਿਹਾ ਗਿਆ ਕਿ ਸ਼ਾਇਦ ਲੋਕਡਾਊਨ ਵੱਧ ਸਕਦਾ ਹੈ ਇਹ ਮੀਟਿੰਗ ਤੋਂ ਬਾਅਦ ਪਤਾ ਚੱਲੇਗਾ ਕਿ ਲੋਕਡਾਊਨ ਵਧੇਗਾ ਕਿੰਨੇ ਸਮੇਂ ਦੇ ਲਈ ਵਧੇਗਾ ਜਾਂ ਨਹੀਂ ਵਧੇਗਾ ਹਜੇ ਤੱਕ ਲੋਕਡਾਊਨ ਨੂੰ ਲੈ ਕੇ ਅਪਡੇਟ ਨਹੀਂ ਦਿੱਤਾ ਗਿਆ ਪਰ ਅਪਡੇਟ ਜਿਹੜਾ ਸਾਂਝਾ ਕੀਤਾ ਗਿਆ ਉਹ ਇਹੀ ਹੈ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਸ਼ਾਇਦ ਵਿਗੜ ਸਕਦੇ ਨੇ ਪੰਜਾਬ ਦੇ ਵਿੱਚ ਜਿਹੜੀ ਸਥਿਤੀ ਹੈ ਉਹ ਆਊਟ ਆਫ ਕੰਟਰੋਲ ਨਾ ਹੋ ਜਾਏ ਇਸੇ ਕਰਕੇ ਇਹ ਮੀਟਿੰਗ ਬੁਲਾਈ ਜਾਏਗੀ ਅਤੇ ਲੋਕਡਾਊਨ ਨੂੰ ਲੈ ਕੇ ਜਿਹੜਾ ਵਿਚਾਰ ਵਟਾਂਦਰਾ ਕੀਤਾ ਜਾਏਗਾ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਇੱਕ ਰਾਹਤ ਭਰੀ ਖਬਰ ਜਿਹੜੀ ਹੈ ਫਰੀਦਕੋਟ ਤੋਂ ਜ਼ਰੂਰ ਸਾਹਮਣੇ ਆਈ ਹੈ ਫਰੀਦਕੋਟ ਇੱਕ ਵਿਅਕਤੀ ਜਿਹੜਾ ਪੋਜ਼ਿਟਿਵ ਪਾਇਆ ਗਿਆ ਸੀ ਉਸਦੇ ਕੰਟੈਕਟ ਵਿੱਚ ਜਿੰਨੇ ਵੀ ਲੋਕ ਆਏ ਸੀ ਉਹਨਾਂ ਦੇ ਸੈਂਪਲ ਲਏ ਗਏ ਸੀ ਪਰ ਉਹ 20 ਦੇ 20
ਲੋਕਾਂ ਦੀ ਰਿਪੋਰਟ ਜਿਹੜੀ ਹੈ ਨੈਗੇਟਿਵ ਆਈ ਹੈ ਤਾਂ ਇੱਕ ਰਾਹਤ ਭਰੀ ਖਬਰ ਵੀ ਜ਼ਰੂਰ ਹੈ ਜੋ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਕਿਉਂਕਿ ਜਿੱਥੇ ਇਹਤਿਆਤ ਵਰਤਣ ਦੇ ਲਈ ਕਿਹਾ ਗਿਆ ਜਿੱਥੇ ਮੌਤਾਂ ਦੀ ਗਿਣਤੀ ਤੁਹਾਡੇ ਅੱਗੇ ਰੱਖਦੇ ਹਾਂ ਅਤੇ ਇਹਤਿਆਤ ਵਰਤਣ ਤੋਂ ਬਾਅਦ ਜਿਹੜੀ ਤੁਹਾਡੇ ਤੱਕ ਤੁਸੀਂ ਘਰ ਵਿੱਚ ਬੈਠੇ ਹੋ ਲੋਕਡਾਊਨ ਹੋ ਤਾਂ ਤੁਸੀਂ ਇਹੀ ਉਮੀਦ ਲਗਾ ਰਹੇ ਹੋ ਕਿ ਕਰੋਨਾ ਵਾਇਰਸ ਨੂੰ ਲੈ ਕੇ ਕਦੋਂ ਕੋਈ ਚੰਗੀ ਖਬਰ ਸਾਹਮਣੇ ਆਏਗੀ ਤਾਂ ਫਰੀਦਕੋਟ ਜਿਹੜਾ ਇੱਕ ਵਿਅਕਤੀ ਪੋਜ਼ਿਟਿਵ ਪਾਇਆ ਗਿਆ ਸੀ ਤਮਾਮ ਜੋ ਲੋਕ ਉਹਦੇ ਕੰਟੈਕਟ ਦੇ ਵਿੱਚ ਆਏ ਸੀ ਉਸ ਪੋਜ਼ਿਟਿਵ ਮਰੀਜ਼ ਦੇ ਕੰਟੈਕਟ ਦੇ ਵਿੱਚ ਤਕਰੀਬਨ 20 ਲੋਕ ਆਏ ਸੀ ਉਹਨਾਂ ਦੀ ਰਿਪੋਰਟ ਜਿਹੜੀ ਹੈ ਫਿਲਹਾਲ ਨੈਗੇਟਿਵ ਦੱਸੀ ਜਾ ਰਹੀ ਇਸ ਦੇ ਨਾਲ ਹੀ ਮੌਤਾਂ ਦਾ ਅੰਕੜਾ ਇਸ ਵੇਲੇ ਤੁਹਾਡੇ ਨਾਲ ਸਾਂਝਾ ਕਰਨਾ ਵੀ ਲਾਜ਼ਮੀ ਹੈ ਪੰਜਾਬ ਦੇ ਵਿੱਚ 12 ਮੌਤਾਂ ਕਰੋਨਾ ਵਾਇਰਸ ਕਰਕੇ ਹੋ ਚੁੱਕੀਆਂ ਨੇ ਤਾਂ ਇਸ ਵੇਲੇ ਪੰਜਾਬ ਦੇ ਵਿੱਚ 132 ਮਾਮਲੇ ਨੇ 132 ਲੋਕ ਅਜਿਹੇ ਨੇ ਜਿਨ੍ਹਾਂ ਦੀ ਰਿਪੋਰਟ ਪੋਜ਼ਿਟਿਵ ਹੈ ਮਾਮਲਾ ਜਿਹੜਾ ਮੋਹਾਲੀ ਤੋਂ ਸਾਹਮਣੇ ਆਇਆ ਸੀ ਜੋ ਔਰਤ ਜਿਸਦੀ ਡੈਥ ਹੋਈ ਸੀ ਮੌਤ ਹੋਣ ਤੋਂ ਬਾਅਦ ਜਿਹੜੀ ਰਿਪੋਰਟ ਸਾਹਮਣੇ ਆਈ ਹੈ ਕਾਰਨ ਜਿਹੜਾ ਦੱਸਿਆ ਜਾ ਰਿਹਾ ਕਿ ਉਸ ਔਰਤ ਦੀ ਮੌਤ ਜਿਹੜੀ ਮੋਹਾਲੀ ਦੇ ਵਿੱਚ ਰਹਿਣ ਵਾਲੀ ਔਰਤ ਸੀ ਜਿਸਦੀ ਮੌਤ ਹੋਈ ਹੈ ਰਿਪੋਰਟਸ ਦੇ ਵਿੱਚ ਦੱਸਿਆ ਜਾ ਰਿਹਾ ਰਿਪੋਰਟਸ ਇਹ ਕਲੇਮ ਕਰ ਰਹੀਆਂ ਨੇ ਕਿ ਉਹ ਔਰਤ ਜਿਹੜੀ ਹੈ ਕਰੋਨਾ ਵਾਇਰਸ ਪੋਜ਼ਿਟਿਵ ਸੀ ਯਾਨੀ ਕਿ ਉਸਦੇ ਜਿਉਂਦੇ ਜੀ ਨਹੀਂ ਪਤਾ ਲੱਗ ਸਕਿਆ ਕਿ ਉਸਨੂੰ ਕਰੋਨਾ ਵਾਇਰਸ ਹੈ ਉਸਨੂੰ ਇਹ ਮਹਾਂਮਾਰੀ ਨੇ ਜਕੜਿਆ ਹੋਇਆ ਮੌਤ ਤੋਂ ਬਾਅਦ ਜਿਹੜੀ ਹੈ ਰਿਪੋਰਟ ਸਾਹਮਣੇ ਆਉਂਦੀ ਹੈ ਕਿ ਉਹਨਾਂ ਨੂੰ ਕਰੋਨਾ ਵਾਇਰਸ ਸੀ ਇਸ ਦੇ ਨਾਲ ਹੀ ਸੰਗਰੂਰ ਤੋਂ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਪੋਜ਼ਿਟਿਵ ਮਾਮਲੇ ਜਿਹੜੇ ਨੇ ਪੋਜ਼ਿਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 132 ਹੋ ਚੁੱਕੀ ਹੈ ਅਤੇ ਮੌਤਾਂ ਦੀ ਗਿਣਤੀ ਵੱਧ ਕੇ 12 'ਤੇ ਪਹੁੰਚ ਗਈ ਹੈ ਤੁਹਾਡੇ ਨਾਲ ਇੱਕ ਵਾਰ ਫਿਰ ਤੋਂ ਜਾਣਕਾਰੀ ਸਾਂਝੀ ਕਰ ਲੈਂਦੇ ਹਾਂ ਕਿ ਪੰਜਾਬ ਦੇ ਵਿੱਚ ਲੋਕਡਾਊਨ ਇੱਕ ਸੰਕੇਤ ਰਾਹੀਂ ਪੰਜਾਬ ਦੇ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਆਊਟ ਆਫ ਕੰਟਰੋਲ ਹੋ ਸਕਦੇ ਨੇ ਪਰ ਅਜਿਹਾ ਨਾ ਹੋਵੇ ਇਸ ਕਰਕੇ ਸ਼ਾਇਦ ਲੋਕਡਾਊਨ ਜਿਹੜਾ ਵਧਾ ਦਿੱਤਾ ਜਾਏ ਪਰ ਫਿਲਹਾਲ ਦੇ ਲਈ ਲੋਕਡਾਊਨ ਜਿਹੜਾ ਪੰਜਾਬ ਦੇ ਵਿੱਚ 14 ਅਪ੍ਰੈਲ ਤੱਕ ਹੀ ਹੈ ਇਸ ਨੂੰ ਲੈ ਕੇ ਹਾਲੇ ਤੱਕ ਕੋਈ ਵੀ ਅਪਡੇਟ ਸਾਂਝਾ ਨਹੀਂ ਕੀਤਾ ਗਿਆ ਪਰ ਇੱਕ ਬੜੀ ਹੀ ਜ਼ਰੂਰੀ ਮੀਟਿੰਗ ਜਿਹੜੀ ਹੈ ਅੱਜ ਪੰਜਾਬ ਦੇ ਚੀਫ ਮਿਨਿਸਟਰ ਜਿਹੜੇ ਨੇ ਬਾਕੀ ਦੇ ਮੰਤਰੀਆਂ ਦੇ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਕਰਨਗੇ ਵਿਚਾਰ ਵਟਾਂਦਰਾ ਕਰਨਗੇ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਜਾਵੇਗਾ ਕਿ ਕੀ ਇਹ ਲੋਕਡਾਊਨ ਜਿਹੜਾ ਵਧਾਇਆ ਜਾਵੇ ਨਾ ਵਧਾਇਆ ਜਾਵੇ ਕਿੰਨੀ ਦੇਰ ਲਈ ਵਧਾਇਆ ਜਾਵੇ ਪਰ ਵੱਡਾ ਜਿਹੜਾ ਅਹਿਮ ਫੈਸਲਾ ਹੈ ਉਦੋਂ ਹੀ ਲਿਆ ਜਾਵੇਗਾ ਜਦੋਂ ਕੱਲ੍ਹ ਯਾਨੀ ਕਿ ਆਉਣ ਵਾਲਾ ਜਿਹੜਾ ਕੱਲ੍ਹ ਹੈ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਜਦੋਂ ਬਾਕੀ ਸੀਐਮਸ ਦੇ ਨਾਲ ਦੇਸ਼ ਦੇ ਜਿੰਨੇ ਵੀ ਸੀਐਮਸ ਨੇ ਉਹਨਾਂ ਦੇ ਨਾਲ ਮੀਟਿੰਗ ਕਰਨਗੇ ਅਤੇ ਉਸ ਮੀਟਿੰਗ ਤੋਂ ਬਾਅਦ ਯਾਨੀ ਕਿ ਕੇਂਦਰ ਦੀ ਮੀਟਿੰਗ ਤੋਂ ਬਾਅਦ ਕੇਂਦਰ ਦੇ ਵਿੱਚ ਵਿਚਾਰ ਵਟਾਂਦਰਾ ਹੋਣ ਤੋਂ ਬਾਅਦ ਹੀ ਜਿਹੜਾ ਇਹ ਅਪਡੇਟ ਸਾਡੇ ਤੱਕ ਪਹੁੰਚੇਗਾ ਕਿ ਲੋਕਡਾਊਨ ਨੂੰ ਲੈ ਕੇ ਕੀ ਫੈਸਲਾ ਲਿਆ ਗਿਆ ਕਿ ਇਹ ਲੋਕਡਾਊਨ ਵਧੇਗਾ ਕਿ ਲੋਕਾਂ ਨੂੰ ਹਲੇ ਥੋੜ੍ਹਾ ਹੋਰ ਸਮਾਂ ਘਰ ਦੇ ਅੰਦਰ ਰਹਿਣਾ ਪਵੇਗਾ ਕਿਉਂਕਿ ਪੰਜਾਬ ਦੇ ਵਿੱਚ ਹਾਲਾਤ ਚਾਹੇ ਹੌਲੀ ਹੌਲੀ ਪਰ ਵਿਗੜਦੇ ਨਜ਼ਰ ਆ ਰਹੇ ਨੇ ਮੌਤਾਂ ਦੀ ਗਿਣਤੀ ਵੀ ਜਿਹੜੀ ਹੈ ਵੱਧ ਰਹੀ ਹੈ ਪੋਜ਼ਿਟਿਵ ਕੇਸਿਸ ਕਿਉਂਕਿ ਤੁਹਾਡੇ ਨਾਲ ਜਿਹੜਾ ਕੱਲ੍ਹ ਅਸੀਂ ਅਪਡੇਟ ਸਾਂਝਾ ਕੀਤਾ ਸੀ ਉਸ ਵਿੱਚ ਪੋਜ਼ਿਟਿਵ ਮਰੀਜ਼ ਜਿਹੜੇ ਸੀ ਉਹ 130 ਦੱਸੇ ਜਾ ਰਹੇ ਸੀ ਅਤੇ ਹੁਣ ਜਿਹੜੀ ਉਹ ਗਿਣਤੀ ਵੱਧ ਕੇ 132 ਹੋ ਚੁੱਕੀ ਹੈ ਇਸ ਨੂੰ ਲੈ ਕੇ ਇੱਕ ਅਹਿਮ ਮੀਟਿੰਗ ਜਿਹੜੀ ਹੈ ਬੁਲਾਈ ਜਾਵੇਗੀ ਅੱਜ ਬਾਅਦ ਦੁਪਹਿਰ ਚੀਫ ਮਿਨਿਸਟਰ ਵੱਲੋਂ ਮੰਤਰੀਆਂ ਦੇ ਨਾਲ ਜਿਹੜੀ ਹੈ ਵੀਡੀਓ ਕਾਨਫਰੰਸਿੰਗ ਰਾਹੀਂ ਇਹ ਮੀਟਿੰਗ ਕੀਤੀ ਜਾਵੇਗੀ ਅਤੇ ਇਸ ਵਿੱਚ ਇਹ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਕਿ ਕਿਸ ਤਰ੍ਹਾਂ ਇਸ ਸਥਿਤੀ ਨੂੰ ਕਾਬੂ ਪਾਇਆ ਜਾਏ ਕਿਸ ਤਰ੍ਹਾਂ ਜਿਹੜੀ ਮਹਾਂਮਾਰੀ ਹੈ ਇਸ ਦੇ ਨਾਲ ਲੜਨ ਦੇ ਲਈ ਕੀ ਤਿਆਰੀ ਕੀਤੀ ਜਾਣੀ ਚਾਹੀਦੀ ਹੈ ਪਰ ਲੋਕਡਾਊਨ ਨੂੰ ਲੈ ਕੇ ਇੱਕ ਵੱਡਾ ਫੈਸਲਾ ਜਿਹੜਾ ਹੈ ਬਾਅਦ ਦੁਪਹਿਰ ਤੁਹਾਡੇ ਨਾਲ ਸਾਂਝਾ ਜ਼ਰੂਰ ਕਰਾਂਗੇ ਜਿਸ ਤਰ੍ਹਾਂ ਅਪਡੇਟ ਮਿਲੇਗਾ ਪਰ ਕੇਂਦਰ ਦੀ ਮੀਟਿੰਗ ਤੋਂ ਬਾਅਦ ਯਾਨੀ ਕਿ ਕੱਲ੍ਹ ਜਿਹੜੀ ਪ੍ਰਧਾਨ ਮੰਤਰੀ ਸਾਹਿਬ ਸੀਐਮ ਦੇ ਨਾਲ ਮੀਟਿੰਗ ਕਰਨਗੇ ਉਸੇ ਮੀਟਿੰਗ ਤੋਂ ਬਾਅਦ ਇਹ ਪਤਾ ਲੱਗੇਗਾ ਕਿ ਕੀ ਇਹ ਲੋਕਡਾਊਨ ਵਧੇਗਾ ਕਿੰਨੀ ਦੇਰ ਦੇ ਲਈ ਵਧੇਗਾ ਪਰ ਇਸ ਵੇਲੇ ਇੱਕ ਸੰਕੇਤ ਜ਼ਰੂਰ ਦਿੱਤਾ ਗਿਆ ਇਸ ਵੇਲੇ ਇੱਕ ਕਲੂ ਜ਼ਰੂਰ ਲੋਕਾਂ ਤੱਕ ਇਹ ਦਿੱਤਾ ਗਿਆ ਪੰਜਾਬ ਦੇ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿ ਅਕਤੂਬਰ ਯਾਨੀ ਅਕਤੂਬਰ 2020 ਤੱਕ ਇਹ ਹਾਲਾਤ ਜਿਹੜੇ ਇਸ ਮਹਾਂਮਾਰੀ ਨੂੰ ਲੈ ਕੇ ਬਣੇ ਹੋਏ ਨੇ ਇਹ ਅਕਤੂਬਰ 2020 ਤੱਕ ਸਟੇਬਲ ਹੋਣਗੇ ਯਾਨੀ ਅਕਤੂਬਰ ਤੱਕ ਇਹ ਜਿਹੜਾ ਡਰ ਹੈ ਇਸ ਮਹਾਂਮਾਰੀ ਨੂੰ ਲੈ ਕੇ ਇਹ ਇਸੇ ਤਰ੍ਹਾਂ ਬਣਿਆ ਰਹੇਗਾ ਇੱਕ ਵਾਰ ਫਿਰ ਤੋਂ ਕਿਸਾਨਾਂ ਨੂੰ ਲੈ ਕੇ ਜਿਹੜਾ ਇੱਕ ਅਪਡੇਟ ਸਾਂਝਾ ਕੀਤਾ ਉਹ ਵੀ ਤੁਹਾਡੇ ਤੱਕ ਪਹੁੰਚਾ ਦਿੰਦੇ ਹਾਂ ਕਿ ਕਿਸਾਨਾਂ ਨੂੰ ਜ਼ਰੂਰ ਇਸ ਲੋਕਡਾਊਨ ਦੇ ਦੌਰਾਨ ਰਾਹਤ ਮਿਲ ਸਕਦੀ ਹੈ ਕਿਸਾਨਾਂ ਦੇ ਲਈ ਜਿਹੜੇ ਕੂਪਨ ਜਾਰੀ ਕੀਤੇ ਜਾਣਗੇ ਮੰਡੀ ਤੱਕ ਜਿਹੜੀਆਂ ਫਸਲਾਂ ਲਿਆਉਣ ਦੇ ਲਈ ਉਹਨਾਂ ਨੂੰ ਰਾਹਤ ਦਿੱਤੀ ਜਾਏਗੀ ਕਿਸਾਨ ਜਿਹੜੇ ਨੇ ਮੰਡੀ ਤੱਕ ਫਸਲਾਂ ਲਿਆ ਸਕਦੇ ਨੇ ਕੂਪਨਸ ਰਾਹੀਂ ਉਹਨਾਂ ਨੂੰ ਜਿਹੜੀ ਇੱਕ ਪਰਮਿਸ਼ਨ ਦਿੱਤੀ ਜਾਵੇਗੀ ਅਤੇ ਇਸ ਦੇ ਨਾਲ ਇਸ ਮੀਟਿੰਗ ਦੇ ਵਿੱਚ ਦੂਸਰਾ ਅਹਿਮ ਫੈਸਲਾ ਇਹ ਲਿਆ ਜਾਵੇਗਾ ਕਿ ਜਿਹੜੇ ਲੋਕ ਨੇ ਜਿਹੜੇ ਲੋੜਵੰਦ ਨੇ ਉਹਨਾਂ ਦੇ ਘਰ 3 ਮਹੀਨੇ ਦਾ ਰਾਸ਼ਨ ਜਿਹੜਾ ਉਹ ਕਿਸ ਤਰ੍ਹਾਂ ਪਹੁੰਚਾਇਆ ਜਾਏ ਲੋਕਾਂ ਤੱਕ ਅਨਾਜ ਪਹੁੰਚਣਾ ਕਿਉਂਕਿ ਇਸ ਵੇਲੇ ਬਹੁਤ ਲਾਜ਼ਮੀ ਹੈ ਇਸ ਵੇਲੇ ਹਰ ਵਿਅਕਤੀ ਜਿਹੜਾ ਆਰਥਿਕ ਤੰਗੀ ਦੇ ਤੌਰ ਤੋਂ ਗੁਜ਼ਰ ਰਿਹਾ ਬਹੁਤ ਸਾਰੇ ਲੋਕਾਂ ਦੀ ਹਾਲੇ ਵੀ ਇਹੀ ਕੰਪਲੇਂਟ ਆ ਰਹੀ ਹੈ ਕਿ ਅੰਨ ਉਹਨਾਂ ਤੱਕ ਨਹੀਂ ਪਹੁੰਚ ਰਿਹਾ ਇਸੇ ਕਰਕੇ ਜਦੋਂ ਇਹ ਮੁੱਦਾ ਚੀਫ ਮਿਨਿਸਟਰ ਤੱਕ ਪਹੁੰਚਦਾ ਹੈ ਤਾਂ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਮੀਟਿੰਗ ਦੇ ਦੌਰਾਨ ਇਹ ਫੈਸਲਾ ਕੀਤਾ ਜਾਏਗਾ ਜਿਹੜੀ ਅੱਜ ਦੁਪਹਿਰ ਤੋਂ ਬਾਅਦ ਇੱਕ ਮੀਟਿੰਗ ਹੋਣੀ ਹੈ ਕਿ ਉਹਨਾਂ ਲੋਕਾਂ ਤੱਕ 3 ਮਹੀਨੇ ਦਾ ਅੰਨ ਕਿਸ ਤਰ੍ਹਾਂ ਪਹੁੰਚਾਇਆ ਜਾਏ ਇਹ ਵੱਡਾ ਜਿਹੜਾ ਫੈਸਲਾ ਅੱਜ ਮੀਟਿੰਗ ਤੋਂ ਬਾਅਦ ਲਿਆ ਜਾਏਗਾ ਅਤੇ ਇੱਕ ਵੱਡਾ ਫੈਸਲਾ ਲੋਕਡਾਊਨ ਨੂੰ ਲੈ ਕੇ ਵੀ ਜਿਹੜਾ ਮੀਟਿੰਗ ਤੋਂ ਬਾਅਦ ਲਿਆ ਜਾਏਗਾ ਜਿਹੜਾ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਕੈਬਨਿਟ ਦੀ ਮੀਟਿੰਗ ਜਿਹੜੀ ਹੈ ਅੱਜ ਬਾਅਦ ਦੁਪਹਿਰ ਹੋਵੇਗੀ ਅਤੇ ਕੱਲ੍ਹ ਜਿਹੜੀ ਹੈ
ਕੇਂਦਰ ਵੱਲੋਂ ਜਿਹੜੀ ਮੀਟਿੰਗ ਬੁਲਾਈ ਗਈ ਹੈ, ਕੇਂਦਰ ਦੀ ਉਸ ਮੀਟਿੰਗ ਤੋਂ ਬਾਅਦ ਜੋ ਵਿਚਾਰ ਵਟਾਂਦਰਾ ਉਸ ਮੀਟਿੰਗ ਤੋਂ ਬਾਅਦ ਹੁੰਦਾ, ਉਸ ਤੋਂ ਬਾਅਦ ਜਿਹੜਾ ਵੱਡਾ ਅਪਡੇਟ ਤੁਹਾਡੇ ਨਾਲ ਦੇਸ਼ ਵਾਸੀਆਂ ਦੇ ਨਾਲ ਜਿਹੜਾ ਸਾਂਝਾ ਕੀਤਾ ਜਾਏਗਾ ਇਸ ਲੋਕਡਾਊਨ ਨੂੰ ਲੈ ਕੇ। ਪਰ ਫਿਲਹਾਲ ਦੇ ਲਈ ਇੱਕ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਕੈਪਟਨ ਅਮਰਿੰਦਰ ਸਿੰਘ ਦਾ ਇਹ ਕਹਿਣਾ ਕਿ ਅਕਤੂਬਰ ਤੱਕ ਹਾਲਾਤ ਇਸੇ ਤਰ੍ਹਾਂ ਰਹਿਣਗੇ, ਯਾਨੀ ਇਸ ਮਹਾਂਮਾਰੀ ਦੇ ਨਾਲ ਲੜਨ ਦੇ ਲਈ ਇਹ ਜੰਗ ਜਿਹੜੀ ਹੈ ਥੋੜ੍ਹੀ ਹੋਰ ਲੰਬੀ ਚੱਲੇਗੀ। ਇਸੇ ਕਰਕੇ ਇੱਕ ਸੰਕੇਤ ਰਾਹੀਂ ਜ਼ਰੂਰ ਤੁਹਾਡੇ ਤੱਕ ਇਹ ਅਪਡੇਟ ਪਹੁੰਚਾਇਆ ਗਿਆ ਕਿ ਅਕਤੂਬਰ ਮਹੀਨੇ ਤੱਕ ਜਿਹੜੇ ਪੰਜਾਬ ਦੇ ਵਿੱਚ ਹਾਲਾਤ ਇਸੇ ਤਰ੍ਹਾਂ ਬਣੇ ਰਹਿਣਗੇ। ਮੌਤਾਂ ਦੀ ਗਿਣਤੀ 12 ਹੋ ਚੁੱਕੀ ਹੈ ਪੰਜਾਬ ਦੇ ਵਿੱਚ ਅਤੇ 132 ਜਿਹੜੇ ਨੇ ਮਾਮਲੇ ਪੰਜਾਬ ਦੇ ਵਿੱਚ ਪੋਜ਼ਿਟਿਵ ਸਾਹਮਣੇ ਆ ਚੁੱਕੇ ਨੇ। ਇਸ ਦੇ ਨਾਲ ਹੀ ਡਿਸਟ੍ਰਿਕਟ ਵਾਈਜ਼ ਜੇਕਰ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ 9 ਐਕਟਿਵ ਕੇਸਿਸ ਨੇ ਅਤੇ ਰਿਕਵਰੀ ਹਾਲੇ ਤੱਕ ਅੰਮ੍ਰਿਤਸਰ ਦੇ ਵਿੱਚ ਕਿਸੇ ਵੀ ਵਿਅਕਤੀ ਦੀ ਨਹੀਂ ਹੋਈ। 2 ਮੌਤਾਂ ਜਿਹੜੀਆਂ ਨੇ ਅੰਮ੍ਰਿਤਸਰ ਦੇ ਵਿੱਚ ਹੋ ਚੁੱਕੀਆਂ ਨੇ। ਟੋਟਲ 11 ਕੇਸਿਸ ਯਾਨੀ ਅੰਮ੍ਰਿਤਸਰ ਤੋਂ ਸਾਹਮਣੇ ਆ ਚੁੱਕੇ ਨੇ। ਬਰਨਾਲਾ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ, ਐਕਟਿਵ ਕੇਸ ਹੈ ਅਤੇ ਹਾਲੇ ਮੌਤ ਜਿਹੜੀ ਆ ਬਰਨਾਲਾ ਦੇ ਵਿੱਚ ਇੱਕ ਹੋਈ ਹੈ। ਫਰੀਦਕੋਟ ਤੋਂ 2 ਮਾਮਲੇ ਸਾਹਮਣੇ ਆਏ ਨੇ, ਫਤਿਹਗੜ੍ਹ ਸਾਹਿਬ ਤੋਂ 2 ਮਾਮਲੇ ਸਾਹਮਣੇ ਆਏ ਨੇ, ਹੁਸ਼ਿਆਰਪੁਰ ਤੋਂ 5 ਮਾਮਲੇ ਸਾਹਮਣੇ ਆਏ ਨੇ। ਇੱਕ ਵਿਅਕਤੀ ਨੇ ਰਿਕਵਰੀ ਕੀਤੀ ਹੈ, ਮੌਤ ਵੀ ਇੱਕ ਵਿਅਕਤੀ ਦੀ ਹੋਈ ਹੈ, ਯਾਨੀ ਕਿ ਟੋਟਲ ਕੇਸਿਸ ਜਿਹੜੇ ਨੇ ਹੁਸ਼ਿਆਰਪੁਰ ਤੋਂ 7 ਸਾਹਮਣੇ ਆਏ ਨੇ। ਜਲੰਧਰ ਤੋਂ 7 ਮਾਮਲੇ ਸਾਹਮਣੇ ਆਏ ਨੇ, 3 ਦੀ ਰਿਕਵਰੀ ਹੋਈ ਹੈ ਉਹਨਾਂ ਵਿੱਚੋਂ ਅਤੇ 1 ਵਿਅਕਤੀ ਦੀ ਜਿਹੜੀ ਹੈ ਮੌਤ ਹੋਈ ਹੈ। ਯਾਨੀ ਕਿ 11 ਜਿਹੜੇ ਮਾਮਲੇ ਨੇ, 11 ਕੇਸਿਸ ਜਲੰਧਰ ਤੋਂ ਸਾਹਮਣੇ ਆਏ ਨੇ ਕੋਰੋਨਾ ਵਾਇਰਸ ਦੇ। ਕਪੂਰਥਲਾ ਦੇ ਵਿੱਚ 1 ਐਕਟਿਵ ਕੇਸ ਹੈ, ਰਿਕਵਰੀ ਕਿਸੇ ਵਿਅਕਤੀ ਦੀ ਨਹੀਂ ਹੋਈ ਕਿਉਂਕਿ ਹਲੇ ਇੱਕੋ ਹੀ ਕੇਸ ਹੈ ਅਤੇ ਉਹ ਵਿਅਕਤੀ ਜਿਹੜਾ ਹਲੇ ਜ਼ੇਰੇ ਇਲਾਜ ਹੈ। ਕਪੂਰਥਲਾ ਤੋਂ 1 ਕੇਸ, ਸਿੰਗਲ ਕੇਸ ਸਾਹਮਣੇ ਆਇਆ। ਲੁਧਿਆਣਾ ਸ਼ਹਿਰ 7 ਕੇਸਿਸ ਸਾਹਮਣੇ ਆਏ ਨੇ, 7 ਐਕਟਿਵ ਕੇਸਿਸ ਕੋਰੋਨਾ ਵਾਇਰਸ ਦੇ ਜਿਹੜੇ ਲੁਧਿਆਣਾ ਸ਼ਹਿਰ ਤੋਂ ਸਾਹਮਣੇ ਆਏ ਨੇ। ਇੱਕ ਵਿਅਕਤੀ ਦੀ ਰਿਕਵਰੀ ਹੋਈ ਹੈ ਅਤੇ 2 ਮੌਤਾਂ ਜਿਹੜੀਆਂ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਕੋਰੋਨਾ ਵਾਇਰਸ ਕਰਕੇ, ਇਸ ਮਹਾਂਮਾਰੀ ਕਰਕੇ ਹੋਈਆਂ ਨੇ। ਤਾਂ ਇਸ ਵੇਲੇ ਲੁਧਿਆਣਾ ਸ਼ਹਿਰ ਦੇ ਟੋਟਲ ਕੇਸਿਸ ਜਿਹੜੇ ਨੇ ਉਹ ਅੰਕੜੇ 10 'ਤੇ ਪਹੁੰਚ ਗਏ ਨੇ। ਇਸ ਤੋਂ ਬਾਅਦ ਮਾਨਸਾ ਦੀ ਜੇਕਰ ਗੱਲ ਕਰੀਏ ਤਾਂ 11 ਮਾਮਲੇ ਜਿਹੜੇ ਨੇ ਮਾਨਸਾ ਤੋਂ ਸਾਹਮਣੇ ਆਏ ਨੇ। 11 ਉਹ ਲੋਕ ਜਿਨ੍ਹਾਂ ਦੀ ਰਿਪੋਰਟ ਕੋਰੋਨਾ ਵਾਇਰਸ ਨੂੰ ਲੈ ਕੇ ਪੋਜ਼ਿਟਿਵ ਆਈ ਹੈ, ਕੋਈ ਰਿਕਵਰੀ ਨਹੀਂ ਹੋਈ। 11 ਮਾਮਲੇ ਹੀ ਨੇ ਮਾਨਸਾ ਦੇ। ਮੋਗਾ ਤੋਂ 4 ਮਾਮਲੇ ਸਾਹਮਣੇ ਆਏ ਨੇ ਅਤੇ 4ੋਂ ਦੇ 4 ਵਿਅਕਤੀ ਜਿਹੜੇ ਨੇ ਹਲੇ ਜ਼ੇਰੇ ਇਲਾਜ ਨੇ, ਆਈਸੋਲੇਸ਼ਨ ਦੇ ਅੰਡਰ ਉਹਨਾਂ ਨੂੰ ਰੱਖਿਆ ਗਿਆ। ਮੋਹਾਲੀ ਤੋਂ ਬਹੁਤ ਵੱਡੀ ਗਿਣਤੀ ਹੈ ਜਿਹੜੀ, ਮੋਹਾਲੀ ਤੋਂ ਮਾਮਲੇ ਸਾਹਮਣੇ ਆਏ ਨੇ। 31 ਮਰੀਜ਼ ਕੋਰੋਨਾ ਵਾਇਰਸ ਪੋਜ਼ਿਟਿਵ ਮੋਹਾਲੀ ਦੇ ਵਿੱਚ ਪਾਏ ਗਏ ਨੇ, ਇਹਨਾਂ ਵਿੱਚੋਂ 5 ਨੇ ਰਿਕਵਰੀ ਕੀਤੀ ਹੈ ਅਤੇ ਮੋਹਾਲੀ ਦੇ ਵਿੱਚ 2 ਮੌਤਾਂ ਹੋਈਆਂ ਨੇ ਕੋਰੋਨਾ ਵਾਇਰਸ ਨੂੰ ਲੈ ਕੇ। 38 ਟੋਟਲ ਮਾਮਲੇ ਜਿਹੜੇ ਨੇ ਸਿਰਫ ਮੋਹਾਲੀ ਤੋਂ ਨੇ, ਇੱਕ ਵੱਡੀ ਗਿਣਤੀ ਹੈ ਪੰਜਾਬ ਦੇ ਮੋਹਾਲੀ ਤੋਂ। 38 ਮਾਮਲੇ ਜਿਹੜੇ ਨੇ ਟੋਟਲ ਸਾਹਮਣੇ ਆਏ ਨੇ, 2 ਮੌਤਾਂ ਹੋਈਆਂ ਨੇ ਅਤੇ ਇਸ ਵੇਲੇ 31 ਐਕਟਿਵ ਕੇਸਿਸ ਨੇ, ਯਾਨੀ 31 ਉਹ ਵਿਅਕਤੀ ਨੇ ਜਿਹੜੇ ਇਸ ਵੇਲੇ ਜ਼ੇਰੇ ਇਲਾਜ ਨੇ, ਜਿਹਨਾਂ ਨੂੰ ਆਈਸੋਲੇਸ਼ਨ ਦੇ ਅੰਡਰ ਰੱਖਿਆ ਗਿਆ। ਮੁਕਤਸਰ ਸਾਹਿਬ ਤੋਂ 1 ਮਾਮਲਾ ਸਾਹਮਣੇ ਆਇਆ, ਨਵਾਂ ਸ਼ਹਿਰ ਤੋਂ 10 ਮਾਮਲੇ, ਯਾਨੀ ਕਿ 10 ਐਕਟਿਵ ਕੇਸਿਸ ਨਵਾਂ ਸ਼ਹਿਰ ਤੋਂ ਸਾਹਮਣੇ ਆਏ ਨੇ। 8 ਲੋਕਾਂ ਨੇ ਰਿਕਵਰੀ ਕੀਤੀ ਹੈ, 1 ਮੌਤ ਹੋਈ ਹੈ ਅਤੇ ਟੋਟਲ ਮਾਮਲੇ ਜਿਹੜੇ ਨੇ 19 ਦੱਸੇ ਜਾ ਰਹੇ ਨੇ ਨਵਾਂ ਸ਼ਹਿਰ ਤੋਂ। ਪਠਾਨਕੋਟ ਦੇ ਵਿੱਚ 6 ਮਾਮਲੇ ਸਾਹਮਣੇ ਆਏ ਨੇ, ਰਿਕਵਰੀ ਹਲੇ ਕਿਸੇ ਦੀ ਨਹੀਂ ਹੋਈ, 1 ਮੌਤ ਹੋਈ ਹੈ। ਟੋਟਲ ਮਾਮਲੇ ਕੋਰੋਨਾ ਵਾਇਰਸ ਦੇ ਪਠਾਨਕੋਟ ਤੋਂ 7 ਸਾਹਮਣੇ ਆਏ ਨੇ। ਇਸ ਤੋਂ ਬਾਅਦ ਪਟਿਆਲਾ ਤੋਂ 1 ਮਾਮਲਾ, ਰੂਪਨਗਰ ਤੋਂ 2, ਸੰਗਰੂਰ ਤੋਂ 2 ਕੇਸਿਸ ਜਿਹੜੇ ਸਾਹਮਣੇ ਆਏ ਨੇ। ਟੋਟਲ ਕੇਸਿਸ ਸੰਗਰੂਰ ਦੇ 2 ਨੇ, ਹਾਲੇ ਤੱਕ ਕੋਈ ਰਿਕਵਰੀ ਜਾਂ ਕਿਸੇ ਤਰ੍ਹਾਂ ਦੀ ਮੌਤ ਦੀ ਖਬਰ ਸੰਗਰੂਰ ਤੋਂ ਸਾਹਮਣੇ ਨਹੀਂ ਆਈ। ਅਤੇ ਇਸੇ ਦੇ ਨਾਲ ਐਕਟਿਵ ਕੇਸਿਸ ਦੀ ਗਿਣਤੀ ਜਿਹੜੀ ਹੈ ਵੱਧ ਕੇ 102 ਹੋ ਜਾਂਦੀ ਹੈ। ਰਿਕਵਰੀ ਯਾਨੀ ਕਿ ਜੋ ਲੋਕ ਰਿਕਵਰ ਹੋ ਕੇ ਵਾਪਸ ਆਏ ਨੇ ਕੋਰੋਨਾ ਵਾਇਰਸ ਦੀ ਜੰਗ ਜਿੱਤ ਕੇ, ਉਹਨਾਂ ਦੀ ਗਿਣਤੀ 18 ਦੱਸੀ ਜਾ ਰਹੀ ਹੈ ਅਤੇ ਮੌਤਾਂ ਦੀ ਗਿਣਤੀ ਇਸ ਵੇਲੇ ਜਿਹੜੀ ਹੈ 12 ਦੱਸੀ ਜਾ ਰਹੀ ਹੈ। ਯਾਨੀ ਕਿ 12 ਲੋਕ ਪੰਜਾਬ ਦੇ ਨੇ ਜਿਨ੍ਹਾਂ ਨੇ ਕੋਰੋਨਾ ਵਾਇਰਸ ਹੋਣ ਤੋਂ ਬਾਅਦ ਆਪਣੀ ਜ਼ਿੰਦਗੀ ਦੀ ਜੰਗ ਹਾਰੀ ਹੈ। ਅਤੇ ਇਸ ਵੇਲੇ 132 ਟੋਟਲ ਜਿਹੜੇ ਪੋਜ਼ਿਟਿਵ ਕੇਸਿਸ ਨੇ ਉਹ 132 ਦੱਸੇ ਜਾ ਰਹੇ ਨੇ। ਯਾਨੀ ਕਿ 12 ਲੋਕ ਕੋਰੋਨਾ ਵਾਇਰਸ ਨੂੰ ਲੈ ਕੇ ਆਪਣੀ ਜ਼ਿੰਦਗੀ ਦੀ ਜੰਗ ਹਾਰ ਚੁੱਕੇ ਨੇ, 132 ਲੋਕ, 132 ਮਰੀਜ਼ ਜਿਹੜੇ ਨੇ ਕੋਰੋਨਾ ਵਾਇਰਸ ਪੋਜ਼ਿਟਿਵ ਪਾਏ ਗਏ ਨੇ। ਅਤੇ ਇਸ ਵੇਲੇ ਜਿਹੜੀ ਹੈ ਉਹ ਇਸ ਜੰਗ ਦਾ ਹਿੱਸਾ ਬਣੇ ਹੋਏ ਨੇ। ਮਾਹਰਾਂ ਵੱਲੋਂ ਇਹ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਹੀ ਤਰੀਕੇ ਦੇ ਨਾਲ ਹਰ ਵਿਅਕਤੀ, ਹਰ ਪੇਸ਼ੈਂਟ ਦਾ, ਹਰ ਮਰੀਜ਼ ਦਾ ਇਲਾਜ ਕੀਤਾ ਜਾਏ, ਕਿਉਂਕਿ ਰਿਕਵਰੀ ਦਾ ਜਿਹੜਾ ਅੰਕੜਾ ਹੈ ਉਹ ਬਹੁਤ ਥੋੜ੍ਹਾ ਹੈ। ਪਰ ਜ਼ਰੂਰ ਇੱਕ ਉਮੀਦ ਜ਼ਰੂਰ ਹੈ ਕਿ ਕੋਰੋਨਾ ਵਾਇਰਸ ਹੋਣ ਤੋਂ ਬਾਅਦ ਰਿਕਵਰੀ ਵੀ ਹੋ ਜਾਂਦੀ, ਪਰ ਮੌਤਾਂ ਦਾ ਅੰਕੜਾ ਥੋੜ੍ਹਾ, ਰਿਕਵਰੀ ਦਾ ਅੰਕੜਾ ਵੱਧ ਹੈ। ਯਾਨੀ ਕਿ ਰਿਕਵਰੀ ਪੰਜਾਬ ਦੇ ਵਿੱਚ 18 ਲੋਕਾਂ ਨੇ ਕੀਤੀ ਹੈ ਅਤੇ ਮੌਤਾਂ ਜਿਹੜੀਆਂ ਨੇ ਉਹ 12 ਹੋਈਆਂ ਨੇ। ਯਾਨੀ ਕਿ ਕੋਰੋਨਾ ਵਾਇਰਸ ਹੋਣ ਤੋਂ ਬਾਅਦ ਜਿਹੜੀ ਹੈ ਰਿਕਵਰੀ ਹੋਣਾ ਵੀ ਲਾਜ਼ਮੀ ਹੈ, ਰਿਕਵਰੀ ਵੀ ਹੋ ਸਕਦੀ ਹੈ। ਇਸ ਦੇ ਲਈ ਤੁਹਾਡੀ ਵਿਲ ਪਾਵਰ ਸਟਰੋਂਗ ਹੋਣੀ ਚਾਹੀਦੀ, ਤੁਹਾਡਾ ਇਮਿਊਨ ਜਿਹੜਾ ਉਹ ਸਟਰੋਂਗ ਹੋਣਾ ਚਾਹੀਦਾ ਹੈ। 132 ਟੋਟਲ ਮਾਮਲੇ ਜਿਹੜੇ ਨੇ ਇਸ ਵੇਲੇ ਪੰਜਾਬ ਤੋਂ ਸਾਹਮਣੇ ਆਏ ਨੇ। ਵੱਡਾ ਅਪਡੇਟ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਅੱਜ ਬਾਅਦ ਦੁਪਹਿਰ ਜਿਹੜਾ ਪੰਜਾਬ ਦੇ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਫੈਸਲਾ ਲਿਆ ਜਾ ਸਕਦਾ ਹੈ ਵੀਡੀਓ ਕਾਨਫਰੰਸਿੰਗ ਰਾਹੀਂ ਮੰਤਰੀਆਂ ਦੇ ਨਾਲ ਇੱਕ ਮੀਟਿੰਗ ਤੋਂ ਬਾਅਦ ਕਿ ਪੰਜਾਬ ਦੇ ਜੋ ਹਾਲਾਤ ਬਣੇ ਹੋਏ ਨੇ ਇਸ ਨੂੰ ਦੇਖਦੇ ਹੋਏ ਇਹ ਲੋਕਡਾਊਨ ਵਧਾਇਆ ਜਾਏ ਜਾਂ ਨਾ ਵਧਾਇਆ ਜਾਏ ਜਾਂ ਕਿੰਨੇ ਸਮੇਂ ਦੇ ਲਈ ਇਹ ਲੋਕਡਾਊਨ ਵਧਾਇਆ ਜਾਏ। ਪਰ ਇੱਕ ਸੰਕੇਤ ਉਹਨਾਂ ਵੱਲੋਂ ਜ਼ਰੂਰ ਦੇ ਦਿੱਤਾ ਗਿਆ ਪੰਜਾਬ ਦੇ ਲੋਕਾਂ ਨੂੰ
कि जिहड़ा करोना वायरस है, जिहड़ी महामारी है, इसके कारण हालात जिहड़े ने उह अक्टूबर तक इसे तरह रहेंगे, यानी अक्टूबर तो बाद जिहड़ी है जिहड़ी स्थिति है पंजाब दी उह स्टेबल हो जाएगी, पर अक्टूबर तक हालात इसे तरह रहेंगे, जो एक वड्डी चिंता का विषय है। इस दे लई सानू एहतियात जिहड़ा वरतना पएगा, सावधानी वरतनी पएगी, क्योंकि अक्टूबर हाले एक बड़ा लंबा समा जिहड़ी इस जंग नू असीं लड़ना है, इस जंग नू जितना है, ते अक्टूबर तक जिहड़ा एक संकेत दिता गया है, तो आने वाला समा जो किस तरह का होगा, आने वाले समय के लॉकडाउन को लेकर की अपडेट्स होंगे, वो इस मीटिंग बाद दोपहर जो मीटिंग होनी उस तो बाद ही पता लगेगा। तो वड्डा फैसला जोड़ा है केंद्र की बैठक वालों, केंद्र की बुलाई बैठक वालों या इस मीटिंग वालों लिया जाएगा कि इस लॉकडाउन को लेकर की अपडेट्स ने, तो अपडेट्स थोड़े नाल जरूर साझे करेंगे। फिलहाल ही मैं दो इजाजत, तुम देखते रहो डेली पोस्ट पंजाबी।